ਹਾਈ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਕਮੇਡੀ ਆਰਟਿਸਟ ਸ਼ਮਸ਼ੇਰ ਮਲੀ ਰਾਮਪਾ ਫੂਲ ਸੋ ਦੋਸਤੋ ਕਈ ਵਾਰੀ ਕੀ ਹੁੰਦਾ ਹੈ ਕਿ ਸਾਡੇ ਕੋਲ ਟੈਲੈਂਟ ਬਹੁਤ ਹੁੰਦਾ ਪਰ ਸਾਨੂੰ ਆਰਥਿਕ ਪੱਖ ਕਮਜ਼ੋਰ ਹੋਣ ਕਰਕੇ ਅਸੀਂ ਉਸ ਟੈਲੈਂਟ ਨੂੰ ਲੋਕਾਂ ਵਿੱਚ ਨਹੀਂ ਲਿਆ ਸਕਦੇ ਅਤੇ ਕਈ ਵਾਰੀ ਇਹ ਹੁੰਦਾ ਕਿ ਸਾਡੇ ਪੱਲੇ ਕੱਖ ਨਹੀਂ ਹੁੰਦਾ ਪਰ ਸਾਡੇ ਕੋਲ ਪੈਸਾ ਹੋਣ ਦੇ ਬਾਵਜੂਦ ਪੈਸਾ ਹੁੰਦਾ ਅਤੇ ਉਹਦੀ ਵਜ੍ਹਾ ਨਾਲ ਅਸੀਂ ਦੁਨੀਆਂ ਦੇ ਵਿੱਚ ਬਹੁਤ ਅੱਗੇ ਲੰਘ ਜਾਂਦੇ ਹਾਂ ਸੋ ਅੱਜ ਅਸੀਂ ਉਸੇ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਕੁੜੀ ਖੁਸ਼ਪ੍ਰੀਤ ਨਾਲ ਗੱਲ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਵਿੱਚ ਟੈਲੈਂਟ ਬਹੁਤ ਹੈ ਪਰਮਾਤਮਾ ਨੇ ਬਹੁਤ ਵੱਡਾ ਗੁਣ ਦਿੱਤਾ ਹੈ ਪਰ ਆਰਥਿਕ ਪੱਖ ਕਮਜ਼ੋਰ ਹੋਣ ਕਾਰਨ ਅੱਜ ਉਹ ਜਿੱਥੇ ਜਿਹੜੇ ਮੁਕਾਮ ਨੂੰ ਹਾਸਲ ਕਰਨਾ ਸੀ ਉਸ ਮੁਕਾਮ 'ਤੇ ਅਜੇ ਤੱਕ ਨਹੀਂ ਪਹੁੰਚ ਸਕੇ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਕਿਸੇ ਦੀ ਜ਼ਿੰਦਗੀ ਦਾ ਸਵਾਲ ਹੈ ਹੋ ਸਕਦਾ ਤੁਹਾਡੇ ਇੱਕ ਸ਼ੇਅਰ ਦੇ ਨਾਲ ਇਸ ਕੁੜੀ ਦੀ ਜ਼ਿੰਦਗੀ ਬਣ ਜਾਵੇ ਅਤੇ ਇਹ ਆਪਣੇ ਮੁਕਾਮ ਨੂੰ ਹਾਸਲ ਕਰ ਸਕੇ ਸੋ ਗੱਲ ਕਰਦੇ ਹਾਂ ਕੁੜੀ ਖੁਸ਼ਪ੍ਰੀਤ ਦੀ ਜੋ ਕਿ ਰਾਮਪੁਰਾ ਫੂਲ ਤੋਂ ਨੇ ਔਰ ਇਹਨਾਂ ਦਾ ਸ਼ੌਕ ਹੈ ਸਿੰਗਿੰਗ ਦਾ ਗਾਉਂਦੇ ਨੇ ਔਰ ਮਿਊਜ਼ਿਕ ਦੇ ਇਹ ਕਲਾਸਾਂ ਵੀ ਲਾਉਂਦੇ ਨੇ ਅਤੇ ਮਿਊਜ਼ਿਕ ਦੇ ਵਿੱਚ ਇਹ ਅੱਗੇ ਵਧਣਾ ਚਾਹੁੰਦੇ ਨੇ ਸੋ ਗੱਲ ਕਰਦੇ ਹਾਂ ਹਾਂਜੀ ਖੁਸ਼ਪ੍ਰੀਤ ਜੀ ਸਤਿ ਸ਼੍ਰੀ ਅਕਾਲ ਖੁਸ਼ਪ੍ਰੀਤ ਜੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਵੀ ਤੁਸੀਂ ਇਸ ਲਾਈਨ ਦੇ ਵਿੱਚ ਆਉਣ ਦਾ ਤੁਹਾਡਾ ਕਿਵੇਂ ਮਨ ਬਣਿਆ ਗੱਲ ਮਤਲਬ ਸਟੋਰੀ ਥੋੜੀ ਜਿਹੀ ਲੰਬੀ ਆ ਮੇਰੇ ਮਤਲਬ ਜੀ ਹਾਂ ਸ਼ਾਰਟਕਟ ਦੱਸ ਦਿਓ ਕੋਈ ਗੱਲ ਹਾਂਜੀ ਮਤਲਬ ਮੇਰੇ ਜੀਜੂ ਸੀ ਉਹ ਉਹਨਾਂ ਦਾ ਸ਼ੌਂਕ ਸੀ ਉਹ ਬਹੁਤ ਸੋਹਣਾ ਗਾਉਂਦੇ ਸੀ ਉਹਨਾਂ ਦੀ ਡੈਥ ਹੋ ਗਈ ਐਕਚੁਅਲੀ 4 ਸਾਲ ਹੋ ਗਏ ਉਹਨਾਂ ਦੀ ਡੈਥ ਨੂੰ ਤੇ ਉਹਨਾਂ ਦਾ ਹੀ ਮਤਲਬ ਡ੍ਰੀਮ ਸੀਗਾ ਕਿ ਮੈਨੂੰ ਸਿੰਗਰ ਬਣਾਉਣ ਮਤਲਬ ਉਹਨਾਂ ਦੀ ਜਦੋਂ ਦੀ ਡੈਥ ਹੋਈ ਹੈ ਨਾ ਉਦੋਂ ਦਾ ਮੇਰਾ ਮਨ ਜ਼ਿਆਦਾ ਹੋ ਗਿਆ ਸਿੰਗਿੰਗ ਲਾਈਨ ਵੱਲ ਕਿ ਮੈਂ ਬਣਾ ਕੁਛ ਕਿ ਮੈਂ ਕਰਨਾ ਮੈਂ ਉਹਨਾਂ ਦਾ ਸੁਪਨਾ ਪੂਰਾ ਕਰਨਾ ਉਹ ਮੈਨੂੰ ਨਹੀਂ ਬਣਾ ਸਕੇ ਪਰ ਮੈਂ ਉਹਨਾਂ ਦਾ ਸੁਪਨਾ ਪੂਰਾ ਕਰਨਾ ਮਤਲਬ ਉਹਨਾਂ ਨੂੰ ਯਾਦ ਕਰਕੇ ਮੈਂ ਸਿੰਗਿੰਗ ਕਰਦੀ ਹਾਂ ਮੈਂ ਅੱਗੇ ਵੱਧਦੀ ਮੈਂ ਕਲਾਸਾਂ ਲਾਉਣੀ ਉਦੋਂ ਵੀ ਉਹਨਾਂ ਨੂੰ ਯਾਦ ਰੱਖ ਕੇ ਲਾਉਣੀ ਆ ਕਿ ਉਹ ਮੈਨੂੰ ਬਣਾਉਣਾ ਚਾਹੁੰਦੇ ਸੀ ਮਤਲਬ ਉਹ ਮੈਨੂੰ ਆਦਿ ਕਦੇ ਸਾਲ ਹੀ ਨਹੀਂ ਸੀ ਸਮਝਦੇ ਕਿਉਂਕਿ ਮੇਰੇ ਤੋਂ ਇਹ 'ਚ ਵੱਡੇ ਸੀਗੇ ਬਹੁਤ 10-15 ਸਾਲ ਅਤੇ ਉਹ ਮੈਨੂੰ ਐਵੇਂ ਕਹਿੰਦੇ ਸੀ ਵੀ ਮੇਰੇ 2 ਬੱਚੇ ਆ ਇੱਕ ਮੇਰੇ ਮੁੰਡਾ ਅਤੇ ਇੱਕ ਮੇਰੇ ਕੁੜੀ ਅਤੇ ਉਹ ਹਮੇਸ਼ਾ ਮੈਨੂੰ ਕਹਿੰਦੇ ਸੀ ਪੁੱਤ ਤੈਨੂੰ ਮੈਂ ਬਹੁਤ ਵੱਡਾ ਸਿੰਗਰ ਬਣਾਊਂ ਪਰ ਰੱਬ ਨੇ ਨਹੀਂ ਚਾਹਿਆ ਉਹ ਸਾਡੇ ਵਿੱਚ ਅੱਜ ਨਹੀਂ ਹੈਗੇ ਪਰ ਹਾਂ ਉਹਨਾਂ ਦੀ ਯਾਦ ਜ਼ਰੂਰ ਹੈਗੀ ਆ ਮੈਂ ਹਮੇਸ਼ਾ ਕਹਿੰਦੀ ਹੁੰਦੀ ਕਿ ਜਿੰਨਾ ਟਾਈਮ ਮੇਰਾ ਮਿਊਜ਼ਿਕ ਮੇਰੇ ਨਾਲ ਆ ਮੇਰਾ ਵੀਰਾ ਮੇਰੇ ਨਾਲ ਆ ਕਿਉਂਕਿ ਐਕਚੁਅਲੀ ਸਾਡੇ ਮੁੰਡਾ ਹੈ ਨਹੀਂ ਤਾਂ ਕਰਕੇ ਮੈਂ ਉਹਨੂੰ ਵੀਰਾ ਹੀ ਕਹਿੰਦੀ ਸੀ ਅੱਛਾ ਇੱਕ ਹੋਰ ਦੱਸੋ ਵੀ ਜਦੋਂ ਤੁਸੀਂ ਸਿੰਗਿੰਗ ਲਾਈਨ ਦੇ ਵਿੱਚ ਆਉਣਾ ਚਾਹਿਆ ਤਾਂ ਕੀ ਤੁਹਾਨੂੰ ਘਰ ਵੱਲੋਂ ਪੂਰਾ ਰਿਸਪੌਂਸ ਮੰਮੀ ਡੈਡੀ ਵੱਲੋਂ ਮਿਲਿਆ ਕਿਸੇ ਨੇ ਰੋਕਿਆ ਤਾਂ ਨਹੀਂ ਵੀ ਅਸੀਂ ਇਹ ਚੀਜ਼ ਨਹੀਂ ਕਰਨ ਦੇਣੀ ਰੋਕਿਆ ਬਹੁਤ ਮਤਲਬ ਮੋਸਟਲੀ ਸਾਰਿਆਂ ਨੇ ਰੋਕਿਆ ਮੰਮੀ ਨੇ ਪਰ ਸਪੋਰਟ ਕੀਤੀ ਮੇਰੀ ਬਹੁਤ ਥੋੜ੍ਹਾ ਕੁ ਪਹਿਲਾਂ ਤਾਂ ਮੰਮੀ ਨੇ ਕਿਹਾ ਕਿ ਤੂੰ ਕੁਛ ਹੋਰ ਬਣ ਉਦੋਂ ਮੈਂ ਛੋਟੀ ਸੀ ਬਹੁਤ 8-9 ਸਾਲ ਦੀ ਪਰ ਜਦੋਂ ਮੈਂ ਕਹਿੰਦੀ ਮੈਂ ਸਿੰਗਰ ਬਣਨਾ ਫਿਰ ਮੰਮੀ ਨੇ ਮੇਰੀ ਬਹੁਤ ਸਪੋਰਟ ਕੀਤੀ ਮੈਂ ਬਹੁਤ ਆਡੀਸ਼ਨ ਕੀਤੇ ਮੰਮੀ ਮੇਰੇ ਨਾਲ ਜਾਂਦੇ ਸੀ ਡੈਡੀ ਜਮਾਂ ਨਹੀਂ ਸਪੋਰਟ ਕਰਦੇ ਡੈਡੀ ਸਾਨੂੰ ਗਾਲਾਂ ਦਿੰਦੇ ਸੀ ਤੁਸੀਂ ਪੈਸੇ ਖਰਾਬ ਕਰਦੇ ਹੋ ਐਵੇਂ ਕਰਦੇ ਹੋ ਐਵੇਂ ਕਰਦੇ ਹੋ ਅਤੇ ਬਸ ਹੁਣ ਫਿਰ ਉਹਨਾਂ ਨੇ ਕਹਿੰਦੇ ਤਾਂ ਹੁਣ ਵੀ ਆ ਪਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੱਟਦੀ ਤਾਂ ਇਹਨਾਂ ਨੇ ਆਪਦਾ ਹੱਕ ਧਾਰਿਆ ਹੋਇਆ ਵੀ ਅਸੀਂ ਇਸ ਮੁਕਾਮ 'ਤੇ ਅੱਗੇ ਵਧਣਾ ਹਾਂਜੀ ਨਹੀਂ ਚਲੋ ਬੜੀ ਖੁਸ਼ੀ ਦੀ ਗੱਲ ਹੈ ਅਤੇ ਨਾਮ ਵੀ ਖੁਸ਼ੀ ਅਤੇ ਗੱਲ ਵੀ ਖੁਸ਼ੀ ਦੀ ਤੂੰ ਗਾਣਾ ਸੁਣਾ ਇੱਕ ਬਹੁਤ ਵੱਡਾ ਗਾਣਾ ਸੀ ਗੱਡੀਆਂ ਵਾਲੀ ਤਾਰੋ ਬਹੁਤ ਮਤਲਬ ਉਹ ਫੋਕ ਸੌਂਗ ਆ ਉਹ ਕਹਿੰਦੇ ਤੂੰ ਗਾ ਮੈਂ ਪਹਿਲੀ ਵਾਰ ਉਦੋਂ ਸਟੇਜ ਤੇ ਗਾਇਆ ਤੇ ਸਾਰਿਆਂ ਨੇ ਮੈਨੂੰ ਇੰਨਾ ਪਸੰਦ ਕੀਤਾ ਵੀ ਛੋਟੀ ਜਿਹੀ ਕੁੜੀ ਮਤਲਬ ਇੰਨਾ ਵੱਡਾ ਗਾਣਾ ਇਹਨੇ ਕਿਵੇਂ ਯਾਦ ਕੀਤਾ ਮਤਲਬ ਮੇਰੇ ਉੱਤੋਂ ਪੈਸੇ ਇੰਨੇ ਜ਼ਿਆਦਾ ਸਿੱਟੇ ਨਾ ਵੀ ਜਿੰਨਾ ਟਾਈਮ ਮੇਰਾ ਗਾਣਾ ਨਹੀਂ ਰੁਕਿਆ 5-7 ਮਿੰਟ ਉੱਥੇ ਮੇਰੇ ਉੱਪਰੋਂ ਪੈਸੇ ਹੀ ਵਾਰੀ ਗਏ ਮਤਲਬ ਇੰਨਾ ਪਸੰਦ ਆਇਆ ਸਾਰਿਆਂ ਨੂੰ ਫਿਰ ਉਸ ਦਿਨ ਤੋਂ ਮੈਂ ਮੇਰੇ ਦਿਲ 'ਚ ਬਸ ਇਹੀ ਗੱਲ ਬੈਠ ਗਈ ਮੈਂ ਸਿੰਗਰ ਬਣਨਾ ਯਾਨੀ ਉਹ ਜਿਹੜਾ ਉਸ ਟਾਈਮ ਹੌਸਲਾ ਵਧਾਈ ਲੋਕਾਂ ਨੇ ਕੀਤੀ ਤਾਂ ਉਹਨੇ ਤੁਹਾਡਾ ਹੋਰ ਹੌਸਲਾ ਵਧਾਇਆ ਹਾਂਜੀ ਉਹ ਤੋਂ ਬਾਅਦ ਹੋਰ ਵੀ ਬਹੁਤ ਜਦੋਂ ਕਿਸੇ ਦਾ ਵਿਆਹ ਹੁੰਦਾ ਸੀ ਫਿਰ ਮੇਰੀ ਮੰਮੀ ਨੇ ਕਹਿਣਾ ਤੂੰ ਚੱਲ ਸਾਡੇ ਦੁਸ਼ਹਿਰਾ ਸੀ ਉਹ ਵੀ ਇੱਕ ਮਤਲਬ ਮੇਰੇ ਗੱਲ ਯਾਦ ਹੀ ਰਹਿਣੀ ਹੈ ਸਾਡੇ MC ਸੀ ਉਹ ਤੇ ਉਹਨਾਂ ਨੂੰ ਮੈਂ ਕਿਹਾ ਕਿ ਅੰਕਲ ਜੀ ਮੈਂ ਗਾਣਾ ਗਾਉਣਾ ਤੀਆਂ ਦਾ ਫੰਕਸ਼ਨ ਸੀ ਅੰਕਲ ਜੀ ਮੈਂ ਗਾਣਾ ਗਾਉਣਾ ਉਦੋਂ ਮੈਂ 6th ਕਲਾਸ 'ਚ ਹੁੰਦੀ ਸੀ
ਐਂਡ ਉਹਨਾਂ ਨੇ ਉਹ ਮਤਲਬ ਮੈਨੂੰ ਪਿੱਛੇ ਪਿੱਛੇ ਭੇਜ ਗਈ ਕੋਈ ਨਾ ਗਵਾਉਣੇ ਆ ਗਵਾਉਣੇ ਆ, ਉਹਨਾਂ ਨੂੰ ਪਤਾ ਨਹੀਂ ਸੀ ਕਿ ਇਹ ਮਤਲਬ ਗਾਉਂਦੀ ਆ, ਉਹਨਾਂ ਨੂੰ ਐਸੇ ਐਵੇਂ ਬੱਚੇ ਤੁਰੇ ਫਿਰਦੇ ਆ, ਅਸੀਂ ਉਹਦੀਆਂ ਬਹੁਤ ਮਿਹਨਤਾਂ ਕੀਤੀਆਂ ਪਰ ਉਹਨਾਂ ਨੇ ਫਿਰ ਵੀ ਚਲੋ ਐਂਡ ਜੇ ਤੇ ਖਤਮ ਹੋਣ ਵਾਲੀ ਆ ਸੀ ਅਤੇ ਉਹਨਾਂ ਨੇ ਮੈਨੂੰ ਸਟੇਜ 'ਤੇ ਚੜਾਇਆ, ਫਿਰ ਉਹਤੋਂ ਬਾਅਦ ਉਹਨਾਂ ਨੇ ਨਾ ਜਦੋਂ ਮੇਰਾ ਗਾਣਾ ਸੁਣਿਆ ਉਹ ਇੰਨੇ ਜ਼ਿਆਦਾ ਖੁਸ਼ ਹੋਏ, ਫਿਰ ਉਹ ਮੇਰੀ ਮੰਮੀ ਕੋਲ ਆਏ ਅਤੇ ਆਪਣੇ ਹੋਰ ਵੀ ਜਿਹੜੇ ਕਾਂਗਰਸ ਪਾਰਟੀ ਦੇ ਸੀ ਸਾਰੇ ਉੱਥੇ ਬੈਠੇ ਸੀ ਕਿਉਂਕਿ ਉਸ ਟਾਈਮ ਕਾਂਗੜ ਜੀ ਸੀ ਇੱਥੇ, ਅਤੇ ਉਹ ਆਏ ਅਤੇ ਉਹਨਾਂ ਨੇ ਮੇਰੀ ਮੰਮੀ ਨੂੰ ਕਿਹਾ ਤੁਸੀਂ ਆਪਦੇ ਬੱਚੇ ਨੂੰ ਸਿਖਾਓ ਬਹੁਤ ਸੋਹਣਾ ਗਾਉਂਦੀ ਹੈ, ਅਤੇ ਫਿਰ ਮੇਰੀ ਮੰਮਾ ਨੂੰ ਕਿਹਾ ਕਿ ਮੈਨੂੰ ਮਾਫ਼ ਕਰ ਦਿਉ, ਮੈਨੂੰ ਨਹੀਂ ਸੀ ਪਤਾ ਤੁਹਾਡੀ ਕੁੜੀ 'ਚ ਇੰਨਾ ਟੈਲੈਂਟ ਆ, ਉਹ ਤੋਂ ਬਾਅਦ ਉਹਨਾਂ ਨੇ ਬਹੁਤ ਹੈਲਪ ਕਰਨੀ ਸ਼ੁਰੂ ਕੀਤੀ, ਉਹ ਤੋਂ ਬਾਅਦ ਉਹਨਾਂ ਨੇ ਮਤਲਬ ਸ਼ੋਅ ਲਵਾਏ ਮੇਰੇ, ਇੱਕ ਦੁਸ਼ਹਿਰਾ ਸੀਗਾ ਹੁਣ ਪਿਛਲੇ ਸਾਲ, ਪਿਛਲੇ ਤੋਂ ਪਿਛਲੇ ਸਾਲ ਉਧਰ ਪਾਇਆ, ਅਤੇ ਪਿਛਲੇ ਸਾਲ ਜਦੋਂ ਨਿਊਜ਼ ਈਅਰ ਅਤੇ 2022 ਦਾ ਨਿਊਜ਼ ਈਅਰ ਸੀ ਉਦੋਂ ਉਹਨਾਂ ਨੇ ਮੇਰਾ ਲਾਈਵ ਸ਼ੋਅ ਲਵਾਇਆ, ਮਤਲਬ ਕੀਤੀ ਉਹ, ਫਿਰ ਬਸ ਥੋੜ੍ਹਾ ਕੁ ਹਾਲਾਤ ਜੇ ਖਰਾਬ ਹੋ ਗਏ ਫਿਰ ਉਹਨਾਂ ਦਾ ਵੀ ਇੰਨਾ ਹਨਾ, ਫਿਰ ਹੁਣ ਕੋਈ ਜੋ ਕਰ ਸਕੇ ਮਤਲਬ ਇੰਨੇ। ਅੱਛਾ ਖੁਸ਼ਪ੍ਰੀਤ ਜੀ, ਕੀ ਇਹ ਸੱਚਾਈ ਹੈ ਵੀ ਤੁਹਾਡੇ ਆਰਥਿਕ ਹਾਲਾਤ ਡਾਊਨ ਹੋਣ ਦੀ ਵਜ੍ਹਾ ਨਾਲ ਤੁਸੀਂ ਅੱਜ ਜਿੱਥੇ ਪਹੁੰਚਣਾ ਸੀ ਉੱਥੇ ਨਹੀਂ ਪਹੁੰਚ ਸਕੇ? ਜੀ ਬਿਲਕੁਲ ਸਹੀ, ਕਿਉਂਕਿ ਹੁਣ ਮੇਰੇ ਨਾਲ ਮੇਰੀਆਂ ਫਰੈਂਡਸ ਸੀਗੀਆਂ ਜਿਹੜੀਆਂ, ਜਿਵੇਂ ਕਿ ਮੈਂ ਤੇਜਵੰਤ ਕਿੱਟੂ ਜੀ ਹੈ ਜਿਹੜੇ ਲੁਧਿਆਣੇ ਤੋਂ, ਉਹਨਾਂ ਨਾਲ ਮੈਂ ਕਲਾਸਾਂ ਲਾਈਆਂ ਸੀ, ਅਤੇ ਪਹਿਲਾਂ ਤਾਂ ਮੈਂ ਉੱਥੇ ਪੀ ਜੀ 'ਚ ਰਹਿੰਦੀ ਸੀ, ਉਦੋਂ ਵੀ ਬਹੁਤ ਔਖਾ ਹੁੰਦਾ ਸੀ ਕਿਤੇ ਮੰਮੀ ਨੇ 2000 ਭੇਜਣਾ ਕਿਤੇ 3000, ਕਿਉਂਕਿ ਇਹਨਾਂ ਦੀ ਵੀ ਹੈ ਨਾ ਸਿਚੁਏਸ਼ਨ ਠੀਕ ਨਹੀਂ ਸੀ, ਅਤੇ ਚਲੋ ਉਦੋਂ ਠੀਕ ਵੀ ਸੀ, ਐਵੇਂ ਵੀ ਨਹੀਂ ਕਹਿੰਦੀ ਵੀ ਚੱਲੀ ਜਾਂਦਾ ਸੀ ਸਾਡਾ ਮਤਲਬ ਵਧੀਆ, ਮੈਨੂੰ ਚਲੋ ਭੇਜੀ ਜਾਂਦੇ ਸੀ, ਇੰਨਾ ਖਰਚਾ ਨਹੀਂ ਸੀਗਾ। ਉਹ ਤੋਂ ਬਾਅਦ ਚਲੋ ਮੇਰਾ ਥੋੜ੍ਹਾ ਕੁ ਟਾਈਮ ਚੱਲਿਆ ਵਧੀਆ, ਅਤੇ ਉੱਥੇ ਮੈਂ ਜੋਬ ਜੂਬ ਵੀ ਲੱਗ ਜਾਂਦੀ ਸੀ ਲੋਕਡਾਊਨ ਕਰਕੇ, ਕਿਤੇ ਉਹ ਕਹਿ ਦਿੰਦੇ ਸੀ ਕਰੋਨਾ ਆ ਗਿਆ ਹੁਣ ਅਸੀਂ ਤੁਹਾਨੂੰ ਨਹੀਂ ਲਾ ਸਕਦੇ, ਫਿਰ ਉਦੋਂ ਬਾਅਦ ਮਤਲਬ ਮੈਨੂੰ ਮੰਮੀ ਨੇ ਇੱਕ ਦਿਨ ਕਾਲ ਕੀਤੀ ਸਵੇਰੇ, ਉਸ ਦਿਨ ਮੈਂ ਪੀਜੀ ਦਾ ਰੈਂਟ ਵੀ ਦੇਣਾ ਸੀ, ਅਤੇ ਮੰਮੀ ਕਹਿੰਦੀ ਮੈਂ ਬਿਮਾਰ ਆ, ਕਹਿੰਦੀ ਵੀ ਤੂੰ ਆ ਜਾ, ਅਤੇ ਮੈਂ ਹੁਣ ਰੈਂਟ ਵੀ ਦੇਣਾ ਮੇਰੇ ਕੋਲ ਹੈ ਵੀ ਨਹੀਂ ਕੁਛ, ਮੈਂ ਕਿਹਾ ਚੱਲ ਮੰਮੀ ਮੈਂ ਆਉਣੀ ਆ ਫਿਰ, ਮੈਂ ਕਿਹਾ ਮੈਂ ਫਿਰ ਦੇਖੂ, ਮੈਂ ਸਾਰਾ ਸਮਾਨ ਚੱਕ ਕੇ ਆ ਗਈ ਪਿੰਡ, ਅਤੇ ਉਦੋਂ ਬਾਅਦ ਮਤਲਬ ਪਤਾ ਲੱਗਿਆ ਮੰਮੀ ਨੂੰ ਕਾਲਾ ਪੀ ਲਿਆ, ਫਿਰ ਕੰਮ ਨਹੀਂ ਕਰਨਾ ਸੀ, ਫਿਰ ਚਲੋ ਥੋੜ੍ਹਾ ਕੁ ਟਾਈਮ ਤਾਂ ਐਵੇਂ ਜਿਹੇ ਹੋਇਆ ਵੀ ਹੈ ਨਾ, ਫਿਰ 10-15 ਦਿਨ ਮੈਂ ਘਰੇ ਰਹੀ, ਫਿਰ ਮੰਮੀ ਕਹਿੰਦੀ ਤੂੰ ਇੱਥੋਂ ਅਪ ਡਾਊਨ ਕਰ ਲਿਆ ਕਰ, ਅਤੇ ਉਦੋਂ ਬਾਅਦ ਮੈਂ ਚਲੋ ਮੈਂ ਸਰ ਕੋਲ ਅਪ ਡਾਊਨ ਕਰਨ ਲੱਗ ਗਈ ਲੁਧਿਆਣੇ ਰਾਮਪੁਰਾ, ਸਵੇਰੇ ਮੈਂ ਚੜ੍ਹ ਜਾਂਦੀ ਇੱਥੋਂ 9 ਵਜੇ, ਉੱਥੇ ਪਹੁੰਚ ਜਾਂਦੀ 1 ਵਜੇ, ਫਿਰ ਉੱਥੋਂ ਫਿਰ 3 ਵਜੇ ਚੱਲਦੀ, ਫਿਰ ਉਹਦੇ 7-8 ਵਜੇ ਪਹੁੰਚਦੀ, ਚਲੋ ਐਵੇਂ ਸੀ ਚਲੋ ਆਪਣੀ ਜਿਹੜਾ PRTC ਬੱਸਾਂ ਉਹਦੇ ਕਰਕੇ ਫਾਇਦਾ ਹੋ ਗਿਆ ਵੀ ਚਲੋ ਹੈ ਨਾ ਕਿਰਾਇਆ ਬਚ ਜਾਂਦਾ ਸੀ, ਚਲੋ ਸਿੱਖੀ ਜਾਂਦੇ ਸੀ ਉਹ ਤੋਂ ਬਾਅਦ, ਪਰ ਮਤਲਬ ਮੈਂ ਐਂ ਸਮਝਦੀ ਹਾਂ ਮੇਰੀ ਕਿਸਮਤ ਹੀ ਖਰਾਬ ਸੀ, ਜਿੱਦੇ ਮੈਨੂੰ ਸਰ ਨੇ ਕਹਿਣਾ ਕਿ ਅੱਜ ਖੁਸ਼ੀ ਤੇਰੇ ਗਾਣੇ ਦੀ ਵੀਡੀਓ ਬਣਾਉਣੀ ਆਪਾਂ ਤੇਰੀ ਵੀਡੀਓ ਪਾਵਾਂਗੇ ਯੂਟਿਊਬ 'ਤੇ, ਉਦੀ ਕੋਈ ਘਰੇ ਪ੍ਰੋਬਲਮ ਹੋ ਜਾਣੀ ਕਿਤੇ, ਮਤਲਬ ਸਾਡੇ ਕੋਲ ਅਸੀਂ ਜਿੰਨਾ ਦੇ ਹੁਣ ਘਰੇ ਰਹਿ ਰਹੇ ਮੇਰੇ ਅੰਕਲ ਆ ਉਹ ਮਤਲਬ ਮੇਰੇ ਡੈਡੀ ਦੇ ਦੋਸਤ ਆ, ਵੱਡਾ ਡੈਡੀ ਕਹਿਣੀ ਆ ਮੈਂ ਉਹਨਾਂ ਨੂੰ, ਅਤੇ ਇਹ ਮਤਲਬ ਉਹ ਸ਼ੁਰੂ ਤੋਂ ਸਾਡੇ ਨਾਲ ਰਹਿੰਦੇ, ਇਹ ਬਿਮਾਰ ਹੋ ਗਏ ਫਿਰ ਇਹਨਾਂ ਦੀ ਸਾਂਭ ਸੰਭਾਲ ਵੀ ਮੈਂ ਹੀ ਕਰਦੀ ਹਾਂ, ਮਤਲਬ ਇਹਨਾਂ ਦਾ ਮੈਰਿਜ ਵੀ ਨਹੀਂ ਹੋਈ ਅਤੇ ਕੋਈ ਬੱਚਾ ਵਗੈਰਾ ਕੋਈ ਨਹੀਂ ਹੈਗਾ, ਅਤੇ ਇਹ ਇੱਥੇ ਹੀ ਰਹਿੰਦੇ, ਇਹਨਾਂ ਦਾ ਪਿੰਡ ਦਾ ਮੋਗਾ, ਅਤੇ ਇਹਨਾਂ ਦੀ ਵੀ ਮਤਲਬ ਦੇਖਭਾਲ ਕਰਨੀ, ਉਹਦੇ ਬਹੁਤ ਜ਼ਿਆਦਾ ਬਿਮਾਰ ਹੋ ਗਏ, ਫਿਰ ਜਾਇਆ ਵੀ ਨਹੀਂ ਜਾਂਦਾ, ਆਪਦਾ ਵੀ ਨਹੀਂ ਮਨ ਕਰਦਾ, ਫਿਰ ਇੱਕ ਦਿਨ ਇੱਦਾਂ ਹੋਇਆ ਕਿ ਮੰਮੀ ਦੀ ਬਹੁਤ ਜ਼ਿਆਦਾ ਹਾਲਤ ਖਰਾਬ ਹੋ ਗਈ, ਉਹਦੇ ਵੀ ਮੇਰੀ ਵੀਡੀਓ ਬਣਨੀ ਸੀ, ਅਤੇ ਜਦੋਂ ਅਸੀਂ ਡਾਕਟਰ ਕੋਲ ਗਏ ਉਹ ਕਹਿੰਦੇ ਤੇਰੇ ਮੰਮਾ ਨੂੰ ਕੈਂਸਰ ਆ, ਫਿਰ ਥੋੜ੍ਹੀ ਜਿਹੀ ਟੈਨਸ਼ਨ ਹੋਈ, ਫਿਰ ਮੈਂ ਮਹੀਨਾ ਗਈ ਨਹੀਂ, ਫਿਰ ਮੈਂ ਜਾਣ ਲੱਗੀ, ਫਿਰ ਮੈਂ ਸਰ ਨੂੰ ਕਿਹਾ ਸਰ ਮੈਂ ਇੰਨੀ ਫੀਸ ਨਹੀਂ ਦੇ ਸਕਦੀ, ਫਿਰ ਸਰ ਕਹਿੰਦੇ ਕੋਈ ਨਾ ਪੁੱਤ ਤੂੰ ਫੀਸ ਦੀ ਟੈਨਸ਼ਨ ਨਾ ਲੈ, ਤੂੰ ਕਰ ਮੈਨੂੰ ਪਤਾ ਵੀ ਤੂੰ ਕੁਛ ਕਰ ਸਕਦੀ ਹੈ, ਤੂੰ ਮੈਨੂੰ ਫੀਸ ਹਾਫ ਦੇ ਦੀ, ਪਰ ਫਿਰ ਵੀ ਠੀਕ ਨਹੀਂ ਆਉਂਦਾ ਸੀ ਕਿਉਂਕਿ ਘਰੇ ਵੀ ਮੰਮੀ ਨੂੰ ਸਾਂਭਣਾ, ਕਿਉਂਕਿ ਮੰਮੀ ਤੋਂ ਉੱਠਿਆ ਵੀ ਨਹੀਂ ਆਉਂਦਾ ਸੀਗਾ, 3rd stage ਕੈਂਸਰ ਹੋ ਗਿਆ ਸੀਗਾ, ਉਹ ਤੋਂ ਬਾਅਦ ਫਿਰ ਬਸ ਘਰੇ ਰਹਿਣ ਲੱਗ ਗਈ ਆਪਦਾ ਹੋਰ ਪੜ੍ਹਾਈ ਵੀ, ਬਸ ਫਿਰ ਘਰੇ ਹੀ ਹੋ ਗਿਆ ਉਹ ਤੋਂ ਬਾਅਦ ਮੈਂ। ਅੱਛਾ ਖੁਸ਼ੀ ਜੀ, ਜਿਵੇਂ ਤੁਸੀਂ ਕਿਹਾ ਵੀ ਸਾਡੀ ਕਿਸਮਤ ਹੀ ਮੇਰੀ ਖਰਾਬ ਹੈ, ਹਾਂਜੀ, ਕੀ ਤੁਹਾਨੂੰ ਇਹ ਨਹੀਂ ਲੱਗਦਾ ਹੁੰਦਾ ਵੀ ਪਰਮਾਤਮਾ ਵੀ ਕਈ ਵਾਰੀ ਉਸ ਤਰ੍ਹਾਂ ਜਿਵੇਂ ਕਹਿੰਦੇ ਹੁੰਦੇ ਆ ਵੀ ਲੈਂਦਾ ਹੁੰਦਾ ਹੈਗਾ? ਛੋਟੇ ਡਾਇਰੈਕਟਰ ਕੋਈ ਐਵੇਂ ਨੀ ਕਹਿੰਦੀ ਵੀ ਬਾਹਲੇ ਵੱਡੇ ਆ, ਉਹਨਾਂ ਨੇ ਨਾ ਮੈਨੂੰ ਇੱਕ ਗੱਲ ਕਹੀ, ਮੈਂ ਉਹਨਾਂ ਕੋਲ ਗਈ ਸੀ, ਉਹ ਕਹਿੰਦੀ ਵੀ ਖੁਸ਼ੀ ਐਵੇਂ ਕਰਕੇ ਤੂੰ ਸਟੂਡੀਓ, ਮੈਂ ਸਰ ਵੀ ਮੈਂ ਐਵੇਂ ਹਨਾ ਵੀ ਮੇਰਾ ਟਾਈਮ ਨਹੀਂ ਲੱਗਦਾ ਵੀ ਤੁਸੀਂ ਜਾਂ ਤਾਂ ਸਵੇਰ ਦੁਪਹਿਰ ਦੇ ਰੱਖੋ, ਸ਼ਾਮ ਨੂੰ ਮੇਰੇ ਡੈਡੀ ਆ ਜਾਂਦੇ ਡਰਿੰਕ ਕਰਦੇ ਆ, ਮੈਂ ਕਿਹਾ ਮੈਨੂੰ ਆਉਣ ਨਹੀਂ ਦਿੰਦੇ ਕਿਉਂਕਿ ਉਹਨਾਂ ਕੋਲ ਸ਼ਾਮ ਦਾ ਹੀ ਟਾਈਮ ਹੁੰਦਾ ਸੀਗਾ, ਅਤੇ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਵੀ ਮੇਰੀ ਗੱਲ ਸੁਣ, ਤੂੰ ਕੱਲ੍ਹ ਨੂੰ ਸਿੰਗਰ ਬਣੇਗੀ, ਤੇਰੀ ਇੰਟਰਵਿਊ ਹੋਊਗੀ, ਤੂੰ ਕੀ ਕਹੇਂਗੀ ਇੰਟਰਵਿਊ 'ਚ ਵੀ ਮੈਨੂੰ ਮੈਂ ਵਧੀਆ ਗਾਉਂਦੀ ਸੀ, ਮੈਂ ਸਟੂਡੀਓ ਗਈ, ਮੈਂ ਗਾਣਾ ਗਾਇਆ ਅਤੇ ਮੈਂ ਸਿੰਗਰ ਬਣ ਗਈ, ਕਹਿੰਦੇ ਤੂੰ ਐਂ ਕਹੇਂਗੀ ਮੈਨੂੰ ਆਹ ਪ੍ਰੋਬਲਮ ਹੋਈ, ਮੈਂ ਆਹ ਪ੍ਰੋਬਲਮਸ 'ਚੋਂ ਲੰਘੀ ਵੀ
ਮੈਂ ਵੀ ਕੁਛ ਕੁ ਗੱਲਾਂ ਐਵੇਂ ਸੀ ਮੈਂ ਘਰੇ ਵੀ ਨਹੀਂ ਦੱਸਦੀ ਸੀ ਜਦੋਂ ਮੈਂ ਪੀਜੀ 'ਚ ਰਹਿੰਦੀ ਸੀ ਸਾਡੇ ਕੋਲ ਪੈਸੇ ਨਹੀਂ ਸੀ ਹੁੰਦੇ ਮੇਰੀਆਂ ਫਰੈਂਡਸ ਹੁੰਦੀਆਂ ਸੀਗੀਆਂ ਮੈਂ ਮਤਲਬ ਮੈਂ ਥੋੜ੍ਹਾ ਜਿਹਾ ਹੈ ਨਾ ਇਮੋਸ਼ਨਲ ਹੋ ਜਾਂਦੀ ਸੀ ਜਦੋਂ ਮੰਮੀ ਬੋਲਦੀ ਤੂੰ ਰੋਟੀ ਖਾ ਲਈ ਕਿਉਂਕਿ ਸਾਡੇ ਕੋਲ ਕੁਛ ਹੁੰਦਾ ਨਹੀਂ ਸੀ ਹੈ ਨਾ ਅਤੇ ਮਤਲਬ ਕਲਾਸਾਂ ਲਾਉਣ ਨੂੰ ਮੈਂ ਪੈਸੇ ਜਮ੍ਹਾਂ ਰੱਖਦੀ ਸੀ ਮੈਂ ਬਿਨਾਂ ਰੋਟੀ ਖਾਧੇ ਕਲਾਸਾਂ ਲਾਉਣ ਜਾਂਦੀ ਸੀ ਅਤੇ ਫਿਰ ਮੰਮੀ ਨੇ ਪੁੱਛਣਾ ਫਿਰ ਮੇਰੀ ਫਰੈਂਡ ਨੇ ਫੋਨ ਫੜ ਲਿਆ ਨਾ ਉਹ ਫਿਰ ਹੱਸ ਕੇ ਕਿਉਂਕਿ ਉਹ ਐਵੇਂ ਸੀ ਉਹ ਕੌਨਫੀਡੈਂਸ ਵਾਲੀ ਕੁੜੀ ਸੀ ਉਹ ਕਹਿੰਦੀ ਹਾਂ ਹਾਂ ਇਹਨੇ ਰੋਟੀ ਖਾ ਲਈ ਇਹਨੂੰ ਜੇ ਭੁੱਖ ਲੱਗੇ ਤਾਂ ਇਹ ਤਾਂ ਸਾਡੀਆਂ ਲੱਤਾਂ ਵੱਢ ਕੇ ਖਾਜੇ ਮਤਲਬ ਐਂ ਮਜ਼ਾਕ ਕਰਨ ਲੱਗ ਗਈ ਮੇਰੀ ਮੰਮੀ ਨਾਲ ਫਿਰ ਉਹ ਤੋਂ ਬਾਅਦ ਮੈਂ ਫੋਨ ਕੱਟ ਕੇ ਬਹੁਤ ਰੋਂਦੀ ਵੀ ਹੈ ਨਾ ਘਰੇ ਤੇ ਮੇਰੀ ਮੰਮੀ ਨੂੰ ਵੀ ਐਂ ਜੇ ਹੁੰਦਾ ਵੀ ਉੱਥੇ ਚੱਲ ਵਧੀਆ ਰਹੀ ਆ ਦੇਖੋ ਮੈਂ ਇੱਕ ਗੱਲ ਕਹਿੰਦਾ ਖੁਸ਼ੀ ਜੀ ਵੀ ਜਿੰਨੇ ਵੀ ਕਿਸੇ ਨੇ ਮੁਕਾਮ ਹਾਸਲ ਕੀਤਾ ਤਾਂ ਉਹ ਇਸੇ ਤਰ੍ਹਾਂ ਮੁਸ਼ਕਲਾਂ ਚੋਂ ਲੰਘਿਆ ਹੈ ਨਾ ਹਾਂਜੀ ਮੈਂ ਇਹ ਸੋਚਦੀ ਹੁੰਦੀ ਆ ਮੈਂ ਕਈ ਸਿੰਗਰਸ ਦੀ ਇੰਟਰਵਿਊ ਦੇਖੀ ਔਰ ਉਹ ਦੱਸਦੇ ਹੁੰਦੇ ਆ ਅੱਜ ਬਾਰੇ ਫਿਰ ਮੈਂ ਕਦੇ ਵੀ ਮੈਂ ਨਾ ਨੈਗੇਟਿਵ ਨਹੀਂ ਸੋਚਿਆ ਮੈਂ ਹਰੇਕ ਗੱਲ 'ਚ ਮੈਂ ਪੋਜ਼ਿਟਿਵ ਸੋਚਿਆ ਮੈਂ ਆਪਦੀ ਪੋਜ਼ਿਟਿਵ ਥਿੰਕਿੰਗ ਰੱਖੀ ਆ ਵੀ ਹਾਂ ਮੈਂ ਬਣ ਜੂੰਗੀ ਕੁਛ ਨਾ ਕੁਛ ਮੇਰੇ ਨਾਲ ਐਵੇਂ ਹੋਈ ਜਾਂਦਾ ਸ਼ਾਇਦ ਇਹੀ ਗੱਲਾਂ ਕਰਕੇ ਮੈਂ ਕੁਛ ਬਣਨਾ ਦੇਖੋ ਜੇ ਹੁਣ ਆਪਾਂ ਐਡੀਸ਼ਨ ਦੀ ਗੱਲ ਕਰੀਏ ਤਾਂ ਉਹਨੂੰ ਵੀ ਇੱਕ ਸਕੂਲ ਚੋਂ ਕੱਢ ਦਿੱਤਾ ਗਿਆ ਸੀ ਵੀ ਇਹ ਪੜ੍ਹਦਾ ਨਹੀਂ ਹੈ ਵੀ ਇਹ ਕੁਛ ਨਹੀਂ ਕਰ ਸਕਦੇ ਤੇ ਉਹਦੀ ਮਾਂ ਨੂੰ ਇੱਕ ਲੈਟਰ ਲਿਖ ਕੇ ਦਿੱਤਾ ਸੀ ਵੀ ਇਸ ਬੱਚੇ ਨੂੰ ਤੁਸੀਂ ਆਪਦਾ ਘਰੇ ਰੱਖੋ ਇਹ ਸਾਡੇ ਸਕੂਲ ਦਾ ਮਾਹੌਲ ਖਰਾਬ ਕਰਦਾ ਇਹ ਸਕੂਲ ਸਾਡੇ ਦੇ ਆਉਣ ਦੇ ਯੋਗ ਨਹੀਂ ਤਾਂ ਉਹਦੀ ਮਾਂ ਨੇ ਕੀ ਕੀਤਾ ਵੀ ਉਸ ਚੀਜ਼ ਨੂੰ ਲੁਕੋ ਲਿਆ ਜਦੋਂ ਉਹਨੂੰ ਪੁੱਛਿਆ ਐਡੀਸਨ ਨੇ ਵੀ ਇਹ ਕੀ ਹੈ ਤਾਂ ਉਹ ਕਹਿੰਦੀ ਪੁੱਤ ਉਹਨਾਂ ਨੇ ਲਿਖਿਆ ਵੀ ਤੂੰ ਹੁਸ਼ਿਆਰ ਇੰਨਾ ਵੀ ਸਾਡਾ ਸਕੂਲ ਤੇਰੇ ਯੋਗ ਨਹੀਂ ਹੈ ਵੀ ਸਾਡੇ ਸਕੂਲ 'ਚ ਉਸ ਤਰ੍ਹਾਂ ਦਾ ਸਟਾਫ ਨਹੀਂ ਹੈ ਜਿਹੜਾ ਤੈਨੂੰ ਪੜ੍ਹਾ ਸਕੇ ਤਾਂ ਉੱਥੋਂ ਨੂੰ ਹੌਸਲਾ ਮਿਲਿਆ ਹੈ ਨਾ ਤਾਂ ਵੱਡਾ ਹੋ ਕੇ ਉਹਨੇ ਫਿਰ ਬੱਲਬ ਦੀ ਖੋਜ ਕੀਤੀ ਕਈ ਖੋਜਾਂ ਕੀਤੀਆਂ ਘਰ ਰਹਿ ਕੇ ਜਦੋਂ ਕਿ ਉਹ ਬਿਲਕੁਲ ਸਕੂਲ ਨਹੀਂ ਗਿਆ ਹੈ ਤਾਂ ਉਸ ਤਰ੍ਹਾਂ ਹੌਸਲਾ ਇੱਕ ਬਹੁਤ ਵੱਡੀ ਚੀਜ਼ ਹੈ ਜੇ ਅਸੀਂ ਕਿਸਮਤ ਦੀ ਗੱਲ ਕਰਦੇ ਹਾਂ ਤਾਂ ਕਿਸਮਤ ਦੇ ਵਿੱਚ ਇਹ ਮੁਸ਼ਕਲਾਂ ਕਿਉਂ ਆਉਂਦੀਆਂ ਕਹਿੰਦੇ ਹੁੰਦੇ ਵੀ ਜੇ ਹੁਣ ਕੋਈ 50 ਕਿਲੋ ਭਾਰ ਚੱਕ ਸਕਦਾ ਹੈ ਤਾਂ ਉਸੇ ਨੂੰ ਚੁਕਾਇਆ ਜਾਊਗਾ ਜਿਹੜਾ ਚੱਕ ਸਕਦਾ ਹੈ ਜਿਹੜਾ 20 ਕਿਲੋ ਭਾਰ ਨਹੀਂ ਚੱਕ ਸਕਦਾ ਉਹਨੂੰ 50 ਕਿਲੋ ਕਿਵੇਂ ਚੁਕਾਇਆ ਜਾਊਗਾ ਹੈ ਨਾ ਤੁਸੀਂ ਮੁਸ਼ਕਲਾਂ ਝੱਲਣ ਦੇ ਯੋਗ ਹੋ ਤਾਂ ਹੋ ਸਕਦਾ ਤਾਂ ਹੀ ਪਰਮਾਤਮਾ ਪ੍ਰਤਿਆਵੇ ਲੈਂਦਾ ਕੋਈ ਗੱਲ ਨਹੀਂ ਜਿੰਨਾ ਦੁੱਧ ਨੂੰ ਕਾੜਾਂਗੇ ਉਹ ਓਨਾ ਹੀ ਮਤਲਬ ਕਿ ਟੇਸਟੀ ਤੇ ਵਧੀਆ ਹੁੰਦਾ ਤੁਸੀਂ ਜਿੰਨਾ ਜ਼ਿੰਦਗੀ ਦੇ ਕੌੜੇ ਮਿੱਠੇ ਤਜਰਬਿਆਂ ਦੇ ਨਾਲ ਅੱਗੇ ਵਧੋਗੇ ਤਾਂ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਕਦੇ ਜ਼ਿੰਦਗੀ 'ਚ ਪਿਛਾਂਹ ਮੁੜਨ ਦਾ ਦੇਖੋਗੇ ਕਿਉਂਕਿ ਤੁਹਾਡੀ ਆਪਣੀ ਜਿੱਤ ਹੋਊਗੀ ਤੇ ਉਸ ਜਿੱਤ ਦਾ ਇੱਕ ਨਜ਼ਾਰਾ ਵੀ ਵੱਖਰਾ ਹੀ ਹੁੰਦਾ ਹੈ ਨਾ ਤੇ ਜੇ ਗੱਲ ਕਰੀਏ ਵੀ ਤੁਸੀਂ ਜਿੱਦਾਂ ਹੁਣ ਗਾਉਣੇ ਹੋ ਤਾਂ ਕੀ ਤੁਸੀਂ ਕੋਈ ਗੀਤ ਕਿਸੇ ਦੇ ਨਾਲ ਰਿਕਾਰਡ ਕਰਵਾਇਆ ਜਾਂ ਕੋਈ ਗਾਏ ਹਾਂਜੀ ਮੈਂ ਮਤਲਬ ਪਹਿਲਾਂ ਮੈਂ ਇੱਥੇ ਹੁੰਦੀ ਸੀ ਰਾਮਪੁਰੇ ਜਦੋਂ ਮੈਂ ਸਿੱਖਦੀ ਸੀ ਉਦੋਂ ਮੈਂ 9th class 'ਚ ਪੜ੍ਹਦੀ ਸੀ ਉਦੋਂ ਮੈਂ ਨਾ ਜਿਹੜੇ ਮੇਰੇ ਸਰ ਸੀਗੇ ਉਹ ਕਹਿੰਦੇ ਵੀ ਹਾਂ ਚਲੋ ਵੀ ਮੈਂ ਤੇਰਾ ਗਾਣਾ ਕਰਵਾਉਣਾ ਫਿਰ ਉਹਨਾਂ ਨੂੰ ਐਵੇਂ ਸੀ ਵੀ ਸੋਲੋ ਗਾਣਾ ਮੇਰੇ ਮਿਹਨਤ ਆ ਮੇਰੇ ਪੈਸੇ ਆ ਵੀ ਲੋਕ ਤਾਂ ਮੈਨੂੰ ਪੈਸੇ ਦੇ ਕੇ ਜਾਂਦੇ ਮਿਊਜ਼ਿਕ ਦੇ ਫਿਰ ਉਹ ਕਹਿੰਦੇ ਸੀ ਤੂੰ ਮੇਰੇ ਨਾਲ ਡਿਊਟ ਕਰ ਚਲੋ ਚਲੋ ਮੇਰਾ ਮੈਚ ਨਹੀਂ ਸੀ ਇੰਨਾ ਹੈ ਨਾ ਉਦੋਂ ਵੀ ਕੋਈ ਵਧੀਆ ਰਿਸਪੋਂਸ ਨਹੀਂ ਮਿਲਿਆ ਮੇਰੇ ਗਾਣੇ ਆਏ ਸੀ ਫਿਰ ਉਦੋਂ ਬਾਅਦ ਨਾ ਮਤਲਬ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਮੇਰਾ ਨਿਊ ਈਅਰ ਦਾ ਸ਼ੋਅ ਸੀਗਾ ਉਦੋਂ ਮੈਨੂੰ ਪੈਸੇ ਮਿਲੇ ਚਲੋ ਉਹਨਾਂ ਵੱਲੋਂ ਹੈ ਨਾ ਅਤੇ ਮੈਂ ਉਹ ਪੈਸੇ ਫਿਰ ਆਪਦੇ ਨਾ ਜਮ੍ਹਾਂ ਕਰਕੇ ਮੈਂ ਇੱਕ ਗਾਣਾ ਕੀਤਾ ਸੀ ਕਵਰ ਨਿਮਰਤ ਖਹਿਰਾ ਦਾ ਸੁਪਨਾ ਲਾਵਾਂਗਾ ਤੇ ਉਹ ਮੈਂ ਕੀਤੀ ਉਹਦੀ ਵੀਡੀਓ ਵਗੈਰਾ ਵਧੀਆ ਕੀਤੀ ਚਲੋ ਜਿੰਨਾ ਕੁ ਚਲੋ ਹਨਾ ਜਿੰਨੇ ਕੁ ਜੋ ਕਿ ਆ ਗਿਆ ਫਿਰ ਜਿਹੜਾ ਤੁਸੀਂ ਕਵਰ ਸੌਂਗ ਕੀਤਾ ਨਿਮਰਤਾ ਜੀ ਦਾ ਹਾਂਜੀ ਤਾਂ ਕਿਉਂ ਨਾ ਆਪਣੇ ਦਰਸ਼ਕਾਂ ਨੂੰ ਉਹਨਾਂ ਦੇ ਕੁਝ ਬੋਲ ਸੁਣਾ ਦਈਏ ਹਨਾ ਹਾਂਜੀ ਜ਼ਰੂਰ ਸੁਪਨੇ ਵਿੱਚ ਕਰਕੇ ਵਾਦਾ ਸਜਣਾ ਕਿਉਂ ਆਇਆ ਨਾ ਤੰਗ ਜਿਆ ਤੇਰਾ ਛੱਲਾ ਹੋਇਆ ਤਾਂ ਵੀ ਅਸੀਂ ਲਾਇਆ ਨਾ ਮੇਰਾ ਦਿਲ ਤਾਂ ਬਸ ਪਾਣੀ ਤੇਰਾ ਹੀ ਪਰਦਾ ਏ ਮੇਰੇ ਬਿਨ ਕਿੰਜ ਤੇਰਾ ਹੁਣੇ ਸਜਣਾ ਦੱਸ ਸਰਦਾ ਏ ਹੋਵੇ ਜੇ ਮੇਲ ਕਿਤੇ ਤਾਂ ਵੇਖਣਗੇ ਸਾਰੇ ਵੇ ਚੰਨ ਹੋ ਸਕਦਾ ਏ ਨੀਵਾਂ ਟੁੱਟਣਗੇ ਤਾਰੇ ਵੇ ਕੁਝ ਵੀ ਨਹੀਂ ਹਾਸਿਲ ਹੁੰਦਾ ਅੰਬਰ ਦੀਆਂ ਸੈਰਾਂ ਚ ਜੰਨਤ ਮੈਂ ਰੁਲਦੀ ਵੇਖੀ ਸੱਜਣਾ ਤੇਰੇ ਪੈਰਾਂ ਚ ਆਪਾਂ ਜਦ ਜਿੱਦਾਂ ਪੁਗਾਈਆਂ ਘੜੀਆਂ ਮੈਂ ਭੁੱਲਦੀ ਨਾ ਬੇਸ਼ੱਕ ਦਿਨ ਭੁੱਲ ਸਕਦੀਆਂ ਅੜੀਆਂ ਮੈਂ ਭੁੱਲਦੀ ਨਾ ਭੁੱਲਣਾ ਨੀ ਪਿੰਡ ਤੇਰਾ ਵੇ ਭੁੱਲਣਾ ਨੀ ਚਿਹਰਾ ਵੇ ਖੁਦ ਦਾ ਭੁੱਲ ਸਕਦੀ ਆ ਮੈਂ ਭੁੱਲਣਾ ਨੀ ਤੇਰਾ ਵੇ ਬਹੁਤ ਖੂਬ ਤਾਂ ਸਾਡੀਆਂ ਦੁਆਵਾਂ ਨੇ ਵੀ ਇਸੇ ਤਰ੍ਹਾਂ ਤੁਸੀਂ ਆਵਾਜ਼ ਨੂੰ ਬੁਲੰਦੀਆਂ ਤੇ ਲੈ ਕੇ ਜਾਓ ਹਨਾ ਤੇ ਇਸ ਤੋਂ ਇਲਾਵਾ ਜੋ ਤੁਸੀਂ ਕੋਈ ਸੋਲੋ ਗੀਤ ਕੋਈ ਗਾਇਆ ਹੋਵੇ ਜਾਂ ਤੁਹਾਡੇ ਕੋਈ ਯਾਦ ਹੋਵੇ ਆਪਾਂ ਉਹ ਵੀ
मैं तेरा गाना भी दिता, मैं दो तीन गाने दिते, तेरा गाना ही मैं करवाऊंगा, दो जाने आए एक नहीं, मतलब मैं उन्होंने यकीन कर लिया भी हाँ गाना करवाने, वो कहते भी तू किसी का गाना नहीं करना, आप गाना करवाओ। मतलब मैं उन्होंने यकीन कर लिया भी हाँ गाना करवाने, वो कहते भी तू किसी का गाना नहीं करना, आप ही पहला गाना करूंगा, ठीक है, मैं बहुत तैयार की उस गाने की, फिर एक दिन उन्होंने मैंने कहा कि भी कुछ भी ना, तू हजे छोटी है, तेरी आवाज ओवे आ, मतलब उन्होंने बहाना लाना सी जो भी मैं ये गाना भी सुमन अख्तर की जड़ी सॉरी गुरलेज अख्तर की सिस्टर आ, सुमन अख्तर भी सी, उन्होंने ड्यूट करना, मैं चलो कोई गल नहीं, दुख तो होया उस टाइम, मैं रोई भी, मैं क्या भी एवं है ना, क्यों किया मेरे नाल, ते चलो कोई गल नहीं, पर उन्होंने करवाया तो हजे भी नहीं करवाया, उन्होंने मतलब मेरे वांगू ही सिखो कुड़ी है ना, ठीक है, ओदे नाल गाना उन्होंने तो हजे भी नहीं आया, उन्होंने तो गाना उस गल नू 3 साल हो गए, 2-3 साल हो गए, उन्होंने तो गाना हजे भी नहीं आया, ते मैनू हुंदा भी हां चलो कोई नहीं है ना, गया जो गया, समा पा के सारा कुछ चलता रहता है, हां जी, फिर ना एक होर सीगे, मतलब नाम उन्होंने भी नहीं लेना मैं, ओ फॉरन सीगे लिखते सी, वह कहते मैं तेरा गाना करवाना, मैं तेन मतलब म्यूजिक डायरेक्टर ना गल भी की हुई सी, मैं कहा चलो कोई नहीं, फिर मतलब उन्होंने मैंने गाने भी आपके भेजते, कहते प्रैक्टिस कर, जो सही प्रैक्टिस होगी आप तेरा गाना करवा देंगे रिकॉर्ड, मैं कोई गल नहीं भीरे भी कोई नहीं कर देंगे, उस बाद उन्होंने मैं गल कही ये कि कहें भी खुशी भी मैं ना गाना करना नहीं, मेरा कोई गाना होर कर रहा है, फ्री च कर रहे हो मेरे गाने, कहते भी मैं पैसे दे के गाना नहीं, मैं चलो कोई नहीं थोड़ी मर्जी आ, उस बाद उन्होंने मैं मैसेज भी दोनों का ही आया, जो मैं लुधियाने रहन लग गया इन्होंने आए थे भी चलो वधिया अकैडमी छिग चली गई है ना, तो उस बाद मैं उस बंद का भी फोन आया जो कहता भी सुमन अख्तर तो करवाना गाना, कहते आप गाना कर रहे हैं, मैं कोई नहीं तुम दस दो मैं, कोई नहीं, पर मैं उन्होंने फिर रिस्पोंस नहीं दिता कोई भी, क्योंकि जो उन्होंने है ना, फिर उस तो बाद मैं उस फॉरन वाले मुंडे का ही मैसेज आया, कहते खुशी बस थोड़ा टाइम वेट कर आप गाना करना, मैं कहा नहीं भीरे हुण तां मैं कहा मेरे गाने हो रहे हैं, मैं थोड़े नाल कोई गाना नहीं करना, फिर मैं उन्होंने जवाब दिता, चलो अच्छा देखो ये है भी अज सोशल मीडिया एक सानू इहो जिहा प्लेटफॉर्म मिलिया होया है, जे साडे कोले आर्थिक पक्ष कमजोर है ਤਾਂ ਇਹ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਅਸੀਂ ਲੋਕਾਂ ਦੇ ਵਿੱਚ ਆਪਣੀ ਆਵਾਜ਼ ਪਹੁੰਚਾ ਸਕਦੇ ਹਾਂ ਹੈਨਾ ਮੈਂ ਇਹ ਗੱਲ ਦੇਖੀ ਆ ਕਿ ਜਿਵੇਂ ਨਾ ਜਿਹੜੇ ਕਿ ਗਰੀਬ ਲੋਕ ਹੁੰਦੇ ਆ ਜ਼ਿਆਦਾ ਗਰੀਬ ਹੁੰਦੇ ਆ ਚਲੋ ਅਸੀਂ ਤਾਂ ਮਿਡਲ ਕਲਾਸ ਫੈਮਿਲੀ ਦੇ ਚਲੋ ਸਾਡਾ ਚੱਲੀ ਜਾਂਦਾ ਔਖ ਸੌਖ ਸਾਡੀ ਚੱਲੀ ਜਾਂਦੇ ਆ ਜਿਹੜੇ ਜਮਾਂ ਗਰੀਬ ਹੁੰਦੇ ਆ ਨਾ ਫਿਰ ਉਹਨਾਂ ਕੋਲ ਲੋਕ ਜਾਂਦੇ ਆ ਵੀ ਉਹ ਜਮਾਂ ਗਰੀਬ ਆ ਅਸੀਂ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਕਹਿੰਦੇ ਕਿਉਂਕਿ ਮੈਂ ਮਤਲਬ ਜੇ ਆਪਦੀ ਗੱਲ ਦੱਸਾਂ ਮੈਂ ਬਹੁਤ ਵਧੀਆ ਘਰ ਦੀ ਕੁੜੀ ਹਾਂ ਸਾਡੇ ਮਤਲਬ ਚਾਚੇ ਤਾਏ ਦੇਖ ਲਓ ਬਹੁਤ ਵਧੀਆ ਜ਼ਮੀਨ ਨਾਲ 10-10, 15-15 ਕਿੱਲੇ ਵਾਲੇ ਪਰ ਸਾਡੇ ਤੇ ਇਹੋ ਜਿਹੀ ਜਾਨਤ ਪੈ ਗਈ ਕੁਛ ਕੁ ਸਾਨੂੰ ਆਪਦਿਆਂ ਨੇ ਧੋਖੇ ਦਿੱਤੇ ਵੀ ਅਸੀਂ ਕਿਸੇ ਦੇ ਘਰੇ ਬੈਠੇ ਚਲੋ ਇਹ ਸਾਨੂੰ ਕਹਿ ਧਰਿਆ ਵੀ ਚੱਲ ਜਦੋਂ ਤੂੰ ਸਾਡੇ ਮੇਰੀ ਸੇਵਾ ਕਰਦੀ ਆ ਵੀ ਮੈਂ ਤੈਨੂੰ ਦੇਣਾ ਪਰ ਫਿਰ ਵੀ ਉਹਦੇ ਆਪਦੇ ਰਿਸ਼ਤੇਦਾਰ ਆਪਦੇ ਭਤੀਜੇ ਭਤੀਜੇ ਦੇਖੋ ਖੁਸ਼ੀ ਜੀ ਮੇਰੇ ਕਹਿਣ ਦਾ ਮਤਲਬ ਇੱਕ ਹੋਰ ਹੈ ਵੀ ਇਹ ਚੀਜ਼ਾਂ ਨਾ ਕਦੇ ਦਿਲ ਤੇ ਨਾ ਲਾਇਓ ਹਾਂਜੀ, ਤਾਂ ਉੱਥੇ ਤੁਰਕੀ ਦੇ ਵਿੱਚ ਭਚਾਲ ਆਇਆ, ਤਾਂ ਉਹਨੇ ਤਿੰਨ ਦਿਨ ਪਹਿਲਾਂ ਮਤਲਬ ਕਿ ਮੈਨੂੰ ਕਹਿੰਦਾ ਵੀ ਐਂ ਕਰਕੇ ਕਿਰਾਇਆ ਵਧਾ, ਕਹਿੰਦਾ ਮੇਰੇ ਕੋਲ ਪੈਸੇ ਨਹੀਂ ਸੀ, ਤਾਂ ਉਹਨੇ ਮੈਨੂੰ ਆਪਦੇ ਘਰ ਚੋਂ ਕੱਢਤਾ, ਤਿੰਨ ਦਿਨਾਂ ਬਾਅਦ ਭਚਾਲ
ਆਪਣਾ ਹੌਸਲਾ ਅੱਗੇ ਵੱਧਦੇ ਜਾਓਗੇ ਜ਼ਰੂਰ ਹੈ ਨਾ। ਤੇ ਇਸ ਤੋਂ ਇਲਾਵਾ ਕੋਈ ਜੋ ਤੁਹਾਡਾ ਫੇਵਰਿਟ ਸੌਂਗ ਹੋਵੇ ਕੋਈ ਜਿਹਦੇ ਬੋਲ ਸਾਂਝੇ ਕਰਨੇ ਚਾਹੁੰਦੇ ਹੋ? ਹਾਂਜੀ ਵੈਸੇ ਸੌਂਗ ਤਾਂ ਮੈਂ ਬਹੁਤ ਕੀਤੇ ਆ, ਮਤਲਬ ਜਿਹੜੇ ਸਾਰਾ ਸਾਡੇ ਤਿਆਰੀ ਕਰਾਉਂਦੇ ਸੀ ਬਿੱਲੂ ਸਰ, ਕਿਉਂਕਿ ਉਹ ਤੁਹਾਨੂੰ ਮਤਲਬ ਜੇ ਤੁਸੀਂ ਉਹਨਾਂ ਨੂੰ ਦੇਖਿਆ ਉਹ ਤਾਂ ਉਹ ਸਾਰਿਆਂ ਦੇ ਸਟੂਡੈਂਟਾਂ ਨੂੰ ਫੋਕ ਸੌਂਗ ਹੀ ਕਰਵਾਉਂਦੇ ਆ ਸਾਰੇ। ਤੇ ਮਤਲਬ ਗਾਣਾ ਸੁਣਾ ਦਿੰਦੀ ਹਾਂ ਮੈਂ, ਜੁਗਣੀ ਜਿਹੜਾ ਆਪਾਂ ਜਿਸਿਆ ਬੂਟੀ
ਅਸੀਂ ਦੁਆਵਾਂ ਕਰਦੇ ਹਾਂ ਵੀ ਤੁਸੀਂ ਇੱਕ ਦਿਨ ਜ਼ਰੂਰ ਇਸ ਮੁਕਾਮ ਨੂੰ ਆਪਣੇ ਲਈ ਜੋ ਤੁਹਾਡਾ ਸ਼ੌਂਕ ਹੈ ਹਾਸਲ ਕਰੋ ਤੇ ਅਸੀਂ ਫਿਰ ਦੁਬਾਰਾ ਤੁਹਾਡੇ ਕੋਲੇ ਆਈਏ ਤੇ ਸਾਨੂੰ ਖੁਸ਼ੀ ਹੋਵੇ ਕਿ ਅਸੀਂ ਖੁਸ਼ੀ ਕੋਲੇ ਫੇਰ ਚੱਲੇ ਹਾਂ ਹੈ ਨਾ ਤਾਂ ਜਾਂਦੇ ਜਾਂਦੇ ਇੱਕ ਦੋ ਬੋਲ ਹੋਰ ਕਿਸੇ ਗੀਤ ਦੇ ਹੋ ਜਾਣ ਹੈ ਨਾ ਹਾਂਜੀ ਗਾਣਾ ਚਲਾ ਹਾਂ ਜਿਵੇਂ ਕਿ ਗਾਣਾ ਗਾ ਇਹਦਾ ਮਤਲਬ ਸਰ ਨੇ ਮੈਨੂੰ ਇਹ ਗੱਲ ਕਹੀ ਸੀ ਮੈਨੂੰ ਨਾ ਉਹ ਗੱਲ ਯਾਦ ਰਹਿੰਦੀ ਸਰ ਕਹਿੰਦੇ ਇਹ ਗਾਣਾ ਕਿਸੇ ਤੋਂ ਨਹੀਂ ਹੋਇਆ ਕਹਿੰਦੇ ਵੀ ਕੁੜੀਆਂ ਮੈਂ ਉਹਦਾ ਉਹਨਾਂ ਕੋਲ ਆਵਾਜ਼ ਨਹੀਂ ਹੈਗੀ ਏਦਾਂ ਦੀ ਚਲੋ ਮੈਂ ਐਵੇਂ ਨਹੀਂ ਆਪਦੀ ਤਾਰੀਫ ਨਹੀਂ ਕਰ ਰਹੀ ਪਰ ਹੁੰਦਾ ਨਾ ਵੀ ਮੈਂ ਤੈਨੂੰ ਦੱਸਾਂ ਨਾ ਸਰ ਨੇ ਮੈਨੂੰ ਕਿਹਾ ਵੀ ਇਹ ਗਾਣਾ ਕਿਸੇ ਤੋਂ ਨਹੀਂ ਹੈਗਾ ਕਹਿੰਦੇ ਮੈਂ ਤੇਰੇ ਮੂੰਹੋਂ ਇਹ ਗਾਣਾ ਸੁਣਿਆ ਨਹੀਂ ਪਰ ਮੈਨੂੰ ਪਤਾ ਤੂੰ ਕਰ ਲੇਂਗੀ ਇਹ ਗਾਣਾ ਫੋਕ ਆ ਮਤਲਬ ਜਿਵੇਂ ਕਿ ਪੁਰਾਣੇ ਸਮੇਂ ਚ ਆਪਾਂ ਗਾਣੇ ਪਾਉਂਦੇ ਸੀ ਘੜਾ ਵੱਜਦਾ ਕੜੋਲੀ ਵੱਜਦੀ ਘੜਾ ਵੱਜਦਾ ਕੜੋਲੀ ਵੱਜਦੀ ਵੇ ਕਿਤੇ ਗਾਗਰ ਵੱਜਦੀ ਸੁਣ ਮੁੰਡੇ ਆਵੇ ਕਿਤੇ ਗਾਗਰ ਵੱਜਦੀ ਸੁਣ ਮੁੰਡੇ ਆਵੇ ਕਿਤੇ ਗਾਗਰ ਵੱਜਦੀ ਸੁਣ ਮੁੰਡੇ ਆਵੇ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਤੇਰੇ ਨਾਲ ਕਿਲਾਵਾਂ ਲਈਆਂ ਤੇਰੇ ਨਾਲ ਕਿਲਾਵਾਂ ਲਈਆਂ ਤੇਰੇ ਨਾਲ ਕਿਲਾਵਾਂ ਲਈਆਂ ਮੇਣੇ ਮੈਨੂੰ ਮਾਰੇ ਕਈਆਂ ਮੇਣੇ ਮੈਨੂੰ ਮਾਰੇ ਕਈਆਂ ਜੇਠ ਲੜਦਾ ਜਠਾਣੀ ਲੜਦੀ ਜੇਠ ਲੜਦਾ ਜਠਾਣੀ ਲੜਦੀ ਵੇ ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡੇ ਆਵੇ ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡੇ ਆਵੇ ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡਿਆ ਇੱਧਰ ਮੈਂ ਉੱਧਰ ਤੇਰੇ ਮਾਪੇ ਇੱਧਰ ਮੈਂ ਉੱਧਰ ਤੇਰੇ ਮਾਪੇ ਇੱਧਰ ਮੈਂ ਉੱਧਰ ਤੇਰੇ ਮਾਪੇ ਮੈਂ ਮੁੱਕਜੂ ਮੁੱਕੜੇ ਨੀ ਸਿਆਪੇ ਮੈਂ ਮੁੱਕਜੂ ਮੁੱਕੜੇ ਨੀ ਸਿਆਪੇ ਸੱਸ ਲੜਦੀ ਤੇ ਸਹੁਰਾ ਲੜਦਾ ਸੱਸ ਲੜਦੀ ਤੇ ਸਹੁਰਾ ਮੈਨੂੰ ਵੀ ਲੜਦੀ ਸੁਣ ਮੁੰਡੇ ਆਵੇ ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡੇ ਆਵੇ ਕਿਤੇ ਮੈਨੂੰ ਵੀ ਲੜਦੀ ਸੁਣ ਮੁੰਡਿਆ ਬਹੁਤ ਖੂਬ ਆ ਐਂਡ ਵਾਲਾ ਗੀਤ ਤਾਂ ਤੁਸੀਂ ਜਮਾ ਸਿਰਾ ਕਰਵਾਤਾ ਵਾਕਈ ਕੋਈ ਸ਼ੱਕ ਨਹੀਂ ਹੈ ਤੇ ਦੁਆਵਾਂ ਬਣੀਆਂ ਰਹਿਣ ਸੋ ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਤੁਹਾਡੇ ਇੱਕ ਇੱਕ ਸ਼ੇਅਰ ਦੇ ਨਾਲ ਇਸ ਖੁਸ਼ੀ ਖੁਸ਼ਪ੍ਰੀਤ ਖੁਸ਼ੀ ਦਾ ਮੁਕਾਮ ਬਹੁਤ ਛੇਤੀ ਇਹਨਾਂ ਨੂੰ ਮਿਲੇ ਸੋ ਸਾਡੀਆਂ ਦੁਆਵਾਂ ਤੁਹਾਡੇ ਨਾਲ ਤਾਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਸਤਿ ਸ਼੍ਰੀ ਅਕਾਲ ਧੰਨਵਾਦ